ਅੱਛਾ ਜੀ, ਖਾਣਾ ਛਾਣਾ ਬਣ ਗਿਆ, ਸਾਰੇ ਬੈਠ ਕੇ ਖਾਣ ਲੱਗੇ ਆ। ਮੇਰਾ ਚੈਨਲ ਨਸਰੁੱਲਾ ਦੇ ਕੋਲ ਹੈ, ਅਤੇ ਇਸ ਕਰਕੇ ਨਾ ਮੈਂ ਪਾ ਦੀ, ਅਤੇ ਬਾਕੀ ਮੈਂ ਘਰੋਂ ਬਣਾ ਲਾਂਗਾ, ਕਿਉਂਕਿ ਉਹ ਫੋਨ ਉਹਨਾਂ ਕੋਲ, ਅਤੇ ਇਹ ਫੋਨ ਮੇਰੇ ਕੋਲ ਹੈ, ਇਸ ਕਰਕੇ ਮੈਂ ਅਲੱਗ ਕਲਿੱਪ ਸ਼ੇਅਰ ਕਰਨ ਲੱਗੀ ਉਹਨਾਂ ਦੇ ਨਾਲ। ਸ਼ਾਮ ਹੋ ਗਈ ਆ, ਸ਼ਾਮ ਹੋ ਗਈ, ਮਗਰਬ ਦੀ ਨਮਾਜ਼ ਦਾ ਟਾਈਮ ਹੋ ਗਿਆ। ਚਾਵਲ ਬਣ ਗਏ ਨੇ, ਬੈਠ ਕੇ ਖਾਣਾ ਖਾਣ ਲੱਗੇ ਨੇ, ਬੱਚੇ ਸਾਰੇ ਬਹਿ ਗਏ ਨੇ। ਇਸ ਤਰ੍ਹਾਂ ਦੇ ਛਾਪੇ ਕਹਿੰਦੀ ਮੈਨੀ ਤੂੰ, ਛਾਪੇ ਨੇ ਰੋਟੀ ਚੂਰਲੀ ਟੁੱਟ ਗਿਆ ਵਾ। ਮਾਮੂ ਇਹ ਚੰਬੀ ਲੈ ਲਈਏ, ਕੀ ਬਾ ਬਿਸਤਰੀਆਂ ਨੂੰ ਲੱਗੀ ਹੋਈ ਹੈ। ਹਾਂਜੀ, ਆਹ ਤਾਂ ਸੱਚੀ ਗੱਲ ਹੈ ਭਾਈ, ਤੁਸੀਂ ਬੜਾ ਵੱਧ ਲੈ ਆਉਂਦੇ, ਡਿੱਗੀ ਭਰ ਲਿਆਉਂਦੇ। ਇਹ ਪਤਾ ਕਿਉਂ ਨੀ ਲੈ ਕੇ ਗਏ, ਇਹਨਾਂ ਨੇ ਕਿਹਾ ਵੀ ਸਮਾਨ ਬਾਜੀ ਦੇ ਬੱਚਿਆਂ ਦਾ ਵੀ ਕੱਪੜੇ ਕੁਪੜੇ ਹੋਣੇ, ਉਹ ਲੋਨ ਦੇ ਫਿਰ ਘੱਟ ਕੱਪੜੇ ਹੁੰਦੇ ਨੇ ਨਾ। ਅਨਾਇਆ ਫਾਤਮਾ ਨੂੰ ਵੀ ਚਾਵਲ ਦੋ, ਉਹ ਵੇਖ ਉਹ ਵੇਖ, ਬਈ ਅਲੀ ਮਜ਼ੇ ਤਾਂ ਬਣੇ ਨੇ ਚਾਵਲ, ਮਜ਼ੇ ਤਾਂ ਬਣੇ ਚਾਵਲ, ਸਵਾਦ ਹੀ ਕਹਿੰਦੀ ਬੋਟੀ ਖਾਣ ਲੱਗਾ, ਮੈਨੂੰ ਚਾਵਲ ਦੇ ਦਿਓ ਛੇਤੀ। ਅੱਛਾ ਜੀ, ਮੈਂ ਫਿਰ ਤੁਰ ਕੇ ਆਪਣਾ ਵਲੋਗ ਪੂਰਾ ਕਰਨਾ ਜੇ, ਹੈਂ ਤਾਂ ਹੀ ਮੈਂ ਤੈਨੂੰ ਕਿਹਾ ਸੀ ਤੂੰ ਖੁਦ ਬਣਾ ਲਾ ਬਾਈ ਅਲੀ ਦੇ ਹਿਸਾਬ ਦਾ, ਕਿਉਂਕਿ ਬਾਈ ਕੋ ਫਿਰ ਤੇਜ਼ ਮਿਰਚ ਨਹੀਂ ਖਾਧੀ ਜਾਣੀ। ਹਮੇਰਾ ਮੁੰਡਾ ਤੇਰੇ ਕੋਲ ਚਮਚੀ ਲੈ ਕੇ ਆਇਆ ਖੜਾ। ਅੱਛਾ ਜੀ, ਇੱਧਰ ਛੋਟੇ ਬੇਟੇ ਨੂੰ ਵੀ ਭੁੱਖ ਲੱਗੀ ਹੈ, ਭੁੱਖਾ ਮਾਰਦੀ ਲੈ ਫਾਤਮਾ, ਭੁੱਖ ਮਾਰੋ ਲੈ ਫਾਤਮਾ, ਭੁੱਖ ਮਾਰੋ। ਹਾਂਜੀ, ਇਹ ਪਲੇਟ ਸ਼ਾਇਦ ਤੇ ਪਾ ਦੇ ਲੈ ਫਾਤਮਾ, ਭੁੱਖ ਮਾਰ ਕੇ ਚਾਵਲ ਠੰਡੇ ਕੋਲੋ ਲੈ ਫਾਤਮਾ, ਲੈ ਫਾਤਮਾ, ਇਹਨਾਂ ਫਾਤਮਾ ਨਾ ਵੀ ਆਣਾ, ਫਾਤਮਾ ਮਸਰੂਫ ਹੈ। ਇੱਕ ਚਾਵਲ ਪਿਆਜ਼ ਕਿੰਨੇ ਕੱਟੇ ਨੇ, ਮੈਂ ਕਿਹਾ ਸ਼ਾਇਦ ਉਹਦੇ ਨੂੰ ਲੱਗੀ। ਸਹੀ ਠੀਕ, ਉਹ ਬੱਚੇ ਕਾਹਲੇ ਪਏ ਨੇ, ਪਾ ਦਿਓ ਸਾਰਿਆਂ ਨੂੰ ਦਵਾ ਦਵ ਕਰਕੇ। ਬਸ ਠੀਕ ਹੈ ਅੰਮੀ, ਮਾਰ ਬੇਟਾ ਬਿਸਤਰੇ ਵਾਲੇ ਮੰਜੇ ਤੇ ਨਾ ਬੈਠੋ, ਚਟਾਈ ਤੇ ਬੈਠੋ, ਉਮਾਰ ਉੱਥੇ ਚਟਾਈ ਤੇ ਬੈਠੋ ਬਈ, ਨਾ ਮਿਰਚਾਂ ਖਾਓ। ਨਹੀਂ ਬਾਈ, ਆਪਰੇਸ਼ਨ ਦੀ ਵਜ੍ਹਾ ਤੋਂ ਮੈਂ ਕਹਿ ਰਹੀ ਹਾਂ, ਵੈਸੇ ਕੋਈ ਨੀ। ਮੇਰਾ ਤਾਂ 2 ਕਿਲੋ ਆਲੂ ਤਾਂ ਪਾ ਦੇਣੇ ਸੀ,
ਤੇ ਚਾਵਲ ਵੀ ਮਿੱਠੇ ਹੋ ਜਾਣੇ ਸੀਗੇ। ਅੱਛਾ ਜੀ, ਇਹ ਸਾਰੀਆਂ ਦੀਆਂ ਗੱਲਾਂ ਤੁਸੀਂ ਸੁਣ ਲਓ। ਰਲੀਆਂ ਇਹ ਤਾਂ ਹੀ ਤੇਰੇ ਕੋਲ ਆਉਂਦਾ ਵਾ, ਹੋਰ ਕਿਸੇ ਕੋਲ ਨਹੀਂ ਜਾਂਦਾ ਹੈਗਾ। ਜੈਨ ਤੈਨੂੰ ਮੈਂ ਖਵਾਵਾਂ, ਕੱਲਾ ਕੋ ਖਾਂਦਾ ਵਾ। ਯਾਰ ਸੁਬਹ ਸੁਬਹ ਕਦੇ ਬੈਠੇ ਆ ਕੇ ਖਾਣ ਪੀਣ ਵਾਸਤੇ। ਜੱਲੀਆਂ ਪੱਠੇ ਵੱਢਣ, ਇੱਥੇ ਬਾਜੀ ਤਾਰਾਂ ਦੀ ਫੈਮਿਲੀ ਸੀ, ਇੱਥੇ ਬਾਈ ਜਵੇਦ ਦੀ ਸੀ, ਇੱਥੇ ਮੇਰੀ ਸੀ, ਉਹ ਉੱਥੇ ਪਰਾਂ ਬਾਈ ਅਲੀ ਖਾਂ ਦੀ ਸੀ। ਬੋਰ ਚ ਕੱਲ ਨਹਾਤਾ, ਕੱਲ ਨਹਾਤਾ ਬੋਰ ਚ। ਬਾਜ ਫੜ ਕੇ ਤੁਰੋ ਤੁਸੀਂ ਅੱਗੇ ਦੋਨੇ ਪੈਰ ਪਾਈ ਤੁਰੋ, ਚਲੋ ਤੁਰੋ। ਰਾਮ 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 ਗਿਰ ਜਾ ਰਾਮ। ਤੂੰ ਨਹਾ ਲੈ ਇਹਦੇ ਵਿੱਚ ਬੋਰ ਦੇ, ਸੱਚੀ ਸਹੀ ਠੀਕ। ਅੱਛਾ ਜੀ, ਭਾਈ ਜਵੇਦ ਨਾ ਮੈਂ ਜਾ ਰਹੀ ਹਾਂ, ਉਹ ਗਿਆ ਪੱਠੇ ਵੱਢਣ, ਕਹਿੰਦਾ ਅੱਜ ਪੱਠੇ ਵੱਢ ਕੇ ਵਿਖਾ। ਅੱਛਾ, ਉਹਦੇ ਚ ਨਾ ਨਾਈ ਬੜਾ ਵੱਡਾ ਹੈ। ਹਾਂ ਸਹੀ ਠੀਕ ਗਿਆ। ਉੱਠ ਉੱਠ ਜੀ, ਆਹ ਲਾਈਆਂ ਨੇ ਸਬਜ਼ੀਆਂ, ਇਹ ਤਰ੍ਹਾਂ ਦੀਆਂ ਵੇਲਾਂ ਨੇ, ਉਹ ਲੋਬੀਏ ਦੀਆਂ ਨੇ। ਹੱਥ ਜਾਣਾ, ਚੱਲ ਤੋਰ ਇੱਥੇ, ਸਿੱਧਾ ਸਿੱਧਾ ਤੋਰਨਾ ਦੇ ਵਿੱਚ, ਸਿੱਧਾ ਸਿੱਧਾ ਤੋਰ। ਇਹ ਭਾਈ ਜਵੇਦ ਨੇ ਸਬਜ਼ੀ ਲਾਈ ਹੈ, ਸੋਹਣੀਆਂ ਵੇਲਾਂ ਹੋਈਆਂ ਨੇ ਸਾਰੀਆਂ, ਅਤੇ ਲਿਆ ਕੇ ਲਾਈਆਂ ਸੀ ਫੁੱਟਾਂ 'ਤੇ, ਨਿਕਲੀਆਂ ਨੇ ਤਰ੍ਹਾਂ ਸਾਰੀਆਂ ਇਹ ਲੀਆਂ ਵੇਲੀਆਂ। ਅਤੇ ਕੁਛ ਲੋਬੀਆ ਵਾ, ਕੁਛ ਟਿੰਡੇ ਆ, ਇਸ ਸਾਈਡ 'ਤੇ ਲੋਬੀਆ ਸੀ, ਲੋਬੀਆ ਨਹੀਂ ਲਾਏ। ਹੈਂ ਹਾਂ, ਟੀਨੇ ਇੱਥੇ ਨੂੰ ਤੋੜ, ਇੱਥੋਂ ਇਹਦੇ ਵਿੱਚ ਹੀ ਤੋੜ, ਮੈਂ ਤੁਰੀ ਜਾਂਦੀ ਤੂੰ ਤੁਰੀ ਜਾ। ਅੱਛਾ ਜੀ, ਤਰ੍ਹਾਂ ਛੋਟੀਆਂ ਛੋਟੀਆਂ ਬਥੇਰੀਆਂ ਲੱਗੀਆਂ ਨੇ, ਕੱਲ੍ਹ ਤੱਕ ਬਥੇਰੀਆਂ ਹੋ ਜਾਣੀਆਂ ਨੇ ਸਾਰੀਆਂ, ਹੈ ਨਾ ਜੈਨ। ਤੁਰ 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 ਤੁਰ, ਨਹੀਂ ਤੋੜਦਾ, ਇਹ ਮਿਰਚਾਂ ਵੀ ਲੱਗੀਆਂ ਨੇ, ਚੱਲ ਤੋਰ ਅੱਗੇ ਲੰਘ ਜਾ, ਹੁਣ ਤੈਨੂੰ ਵੱਟ ਵੀ ਨਹੀਂ ਲੰਘਣੀ ਆਉਂਦੀ। ਓਹੋ, ਓ ਮਾਈ ਗੋਡ, ਹੈ ਇੱਧਰ ਇੱਧਰ ਨੂੰ ਚੱਲ, ਇੱਧਰ ਨੂੰ ਇੱਧਰ ਨੂੰ ਚੱਲ, ਇੱਧਰ ਨੂੰ ਚੱਲ, ਇੱਧਰ ਨੂੰ ਚੱਲ। ਅੱਛਾ ਜੀ, ਯਾਰ ਨੂੰ ਚੱਲਣਾ ਨਹੀਂ ਆਉਂਦਾ, ਡਿੱਗਦਾ ਜਾਂਦਾ। ਚੱਲ ਚੱਲ ਚੱਲ, ਚਲੋ ਜੀ ਇੱਥੋਂ ਤੁਰ, ਇੱਥੋਂ ਇੱਥੋਂ ਵੱਟ ਦੇ ਨਾਲ ਨਾਲ ਤੁਰ। ਗੱਡੀ ਨੂੰ ਕੀ ਹੋਇਆ, ਗੱਡੀ ਉਲਟ ਗਈ। ਅੱਛਾ ਜੀ, ਇਹ ਵੱਟ ਜੀ ਤੋਂ ਥੱਲੇ ਗਿਰ ਗਿਆ, ਕਹਿੰਦਾ ਗੱਡੀ ਉਲਟ ਗਈ। ਚੱਲ ਤੁਰ ਤੁਰ, ਨੀਚੇ ਤੁਰ, ਨੀਚੇ ਨੀਚੇ ਤੁਰ, ਨੀਚੇ ਇੱਥੋਂ ਜੀ ਵੱਟਾਂ ਤੋਂ ਨਾ ਤੋਰ, ਫਿਰ ਤੂੰ ਇੱਥੋਂ ਤੋਰ, ਇੱਥੇ ਤੋਰ ਜੀ, ਉੱਥੇ ਜਾਣਾ ਸੀ ਪੱਠਿਆਂ 'ਚ। ਹੁਣ ਸ਼ੇਰ ਆ ਜਵਾਨ, ਮੁੰਡਾ ਜਗ੍ਹਾ ਪੱਧਰੀ ਆ ਗਈ, ਨੱਠਣ ਲੱਗ ਗਿਆ। ਇਹ ਸਹੀ ਆ ਮਾਸ਼ਾਅੱਲਾ, ਨਹੀਂ ਤੁਰਨਾ, ਖੜਾ ਰਹਿ ਇੱਥੇ, ਫਿਰ ਮੈਂ ਤਾਂ ਚੱਲੀ ਹਾਂ। ਆ ਜਾ ਐਨੂੰ, ਹੁਣ ਐਨੂੰ ਆ ਜਾ, ਚੱਲ ਚੱਲ ਲੰਘ ਨਾ, ਤੁਰ ਤੁਰ, ਚੱਲ 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 ਚੱਲ।
ਤੁਰਪਾ ਹੁਣ ਅੱਛਾ ਜੀ ਪੱਠਿਆਂ 'ਚ ਪਹੁੰਚ ਗਏ ਹਾਂ। ਜ਼ਿਆਨ ਮੇਰੇ ਨਾਲ ਤੁਰ ਪਿਆ, ਇੰਨੀ ਟਾਈਮ ਲੱਗ ਗਿਆ ਨਹਾਉਣ 'ਚ। ਬੋਇਸ ਨੂੰ ਪੰਡ ਪਾਣੀ ਜਾਂਦੀ ਹੈ ਨੁੱਕਰ ਭਾਣ ਪਾ ਨਾ ਬੰਨਣੀ ਵੀ ਸੌਖੀ ਸਹੀ ਠੀਕ। ਕਬੀਰ ਲਿਆ ਮੈਂ ਵੱਡਾ ਫੁੱਲ ਕਿੰਨੀ ਪਿਆਰ ਲੱਗੇ ਹੋਏ ਫੁੱਲ ਦੇਖ ਕਿੰਨਾ ਸੋਹਣਾ ਫਲ ਚੱਕਿਆ ਹੋਇਆ। ਹੁਣ ਵੀ ਰੱਖ ਸਕਦੇ ਹੁਣ ਗਰਮੀ ਬਹੁਤ ਆ ਨਾ ਉੱਤੋਂ ਸੁੱਕ ਜਾਣਾ। ਅੱਛਾ ਪਾਣੀ ਨਹੀਂ ਲਾਈਦਾ ਨਾ। ਅੱਛਾ ਅੱਛਾ ਵੀ ਵਾਲੇ ਪਿਆਰੇ ਅੱਛਾ ਜੀ ਮੈਂ ਆ ਗਈ ਪੱਠਿਆਂ 'ਚ ਅਤੇ ਅੱਜ ਮੈਂ ਪੱਠੇ ਵੱਢੂੰਗੀ। ਹਾਂ ਜੀ ਦਸਾਂ ਸਾਲਾਂ ਬਾਅਦ ਫਿਰ ਆ ਜਾਏ ਨਾ ਤਾਂ ਸੂੰਡੀ ਜੀ ਪਈ ਹੈ ਜੀ ਫਿਰ ਸੂੰਡੀ ਬਾਅਦ ਸਪਰੇ ਮਾਰੀ ਹੁਣ ਮਾਰੀ ਮਾਰੀ ਦੁਬਾਰਾ ਜੀ ਦੁਬਾਰਾ ਮਾਰੂੰ। ਹਾਂ ਦੇਖਿਆ ਨਾ ਫਿਰ ਮਾਲ ਬਿਮਾਰ ਹੋ ਜਾਂਦਾ ਇਹ ਬਹੁਤ ਸੀਗੀ ਅਤੇ ਫਿਰ ਮੈਂ ਦੋ ਟੈਂਕੀਆਂ ਲਾਈਆਂ ਉਸ ਸਪਰੇ ਦੀ ਯਾਰ ਵੀ ਬਹਿ ਗਏ ਪੱਠੇ ਵੱਢੀ ਚਲੇ ਆਵੇ ਅਤੇ ਜਾਂਦੂ ਦੇਖ ਲਿਓ ਲਿਆਉਂਦੇ ਹੋਣੇ ਲੋਕ ਆਂਢੀ ਗੁਆਂਢੀ ਇਹਨੂੰ ਨਹੀਂ ਪਤਾ ਹਾਲੇ। ਮੈਂ ਇੱਕ ਦਫਾ ਗਿਆ ਸੀ ਨਾ ਰੇੜੀਆਂ ਤੇਰੇ ਹੁੰਦੇ ਉੱਥੇ ਪਤਾ ਕੀ ਜਿਹੜਾ ਆਪਣੇ ਘਰ ਦਾ ਕੰਮ ਨਾ ਉਹ ਬੱਚਿਆਂ ਨੂੰ ਪਤਾ ਲੱਗਦਾ ਕਿਸੇ ਦਾ ਇਹਨਾਂ ਨੂੰ ਕੋਈ ਉਹ ਦੁਕਾਨ ਆਇਆ ਫਾਤਮਾ ਲੈ ਕੇ ਆ ਗਿਆ ਮਾਰੀ ਲੱਗੇ ਰਹਿੰਦੇ ਆ ਸ਼ੌਕ ਨਾਲ ਇਹਨਾਂ ਸ਼ੌਕ ਇਹਨਾਂ ਨੂੰ ਪਤਾ ਵਾ ਸ਼ਾਦੀ ਹੋ ਗਈ ਥੋੜੀ ਦੇਰ ਉਠਾ ਲੋ ਉਸੇ ਵਹਾਂ ਬਾ ਕਰ ਰਹੇ ਹੋ ਕਰ ਲੈ ਜਾ ਕਰ ਲੈ ਜਾ ਲੋ ਬਾ ਕਰ ਰਹੇ ਅੱਜ ਇੱਥੇ ਕਬੀਰ ਖੜਾ ਨਾ ਇੱਥੋਂ ਪਰੇ ਪਰੇ ਟਰੈਵਲ ਉਸ ਨੂੰ ਬੜਾ ਵੱਧਦਾ ਹੈ ਇੱਥੋਂ ਮੇਟੀ ਖਿੱਚ ਚਲ ਗਿਆ ਨਾ ਉਸ ਸਾਈਡ ਨੂੰ ਖਾਲੇ ਵਾਲੋ ਇੱਥੋਂ ਤਾਂ ਥੋੜੇ ਕਮਜ਼ੋਰ ਤੇ ਨਾਲੇ ਪਤਾ ਕੀ ਆ ਹੁਣ ਦੇਖੋ ਨਾ ਵੱਟੇ ਵੱਡੇ ਵੱਡੇ ਲੱਗਦੇ ਨੇ ਤੇ ਜੁੜਦੇ ਨਹੀਂ ਹੈਗੇ ਨਹੀਂ ਉਹ ਉੱਥੇ ਤਾਂ ਮੈਂ ਹੀ ਆਉਂਦਾ ਸੀ ਪੰਡਾ ਬਣਾ ਕੇ ਲਾਏ ਸੀ ਦੋ ਅੱਛਾ ਅੱਜ ਤੋਂ ਥੋੜੇ ਵਿਰਲਾ ਆ ਗਿਆ ਨਾ ਉਹ ਜਿੱਥੋਂ ਮਿੱਟੀ ਖਿੱਚ ਲਓ ਤਾਂ ਫਸਲ ਘੱਟ ਹੁੰਦੀ ਤਾਕਤ ਚੱਲ ਜਾਂਦੀ ਨਾ ਉਹਦੇ ਰੋ ਉਹ ਮੱਥਾ ਵੀ ਠੀਕ ਭਰਿਆ ਹੁਣ ਜਦੋਂ ਤੱਕ ਵੱਢਣਾ ਉਹ ਵੀ ਸਹੀ ਹੋ ਜਾਣਾ ਤਾਂ ਪਤਾ ਸੂੰਡੀ ਨੇ ਮੱਤ ਮਾਰਦੀ ਸੀ ਚਾਰ ਦਿਨ ਅੱਗੇ ਪੱਠੇ ਵਧੇਰੇ ਜਾਨਵਰ ਜਿਹੜੇ ਨਾ ਟੈਂਕੀ ਰੱਖੀ ਮੰਗ ਕੇ ਲਿਆਏ ਜੀ ਆਪਣੀ ਲੈਣੀ ਆ ਟੈਂਕੀ
ਜਿਹੜਾ ਮਰਜ਼ੀ ਦਿਲ ਕਰੇ ਬੰਦਾ ਕਰ ਲਵੇ, ਸਬਜ਼ੀਆਂ ਨੂੰ ਕਰ ਲਵੇ, ਪੌਦਿਆਂ ਨੂੰ ਕਰ ਲਵੇ। ਹਾਂ 15,000 ਦੀ ਲੈਣੀ, ਇਸ ਵੀ ਕਪਾਹ ਦੀ ਤਾਂ ਲੈਣੀ ਲੈਣੀ। ਹਾਂ ਤਾਂ ਅਸੀਂ ਲਵਾਂਗੇ ਨਾਲੇ ਆਪਣੇ ਪੌਦਿਆਂ ਨੂੰ ਕਰ ਲਈ ਨਾਲੇ ਕਪਾਹ ਨੂੰ ਕਰ ਲਈ। ਕਪਾਹ ਨਹੀਂ ਬੀਜੀ ਕਿੱਲਾ ਜਿਹੜੀ ਦੇਸੀ ਤੇ ਨਰਮਾ ਨਰਮਾ ਹੀ ਬੀਜੀ। ਮੈਂ ਤੇਰੇ ਭਾਈ ਨੂੰ ਕਿਹਾ ਸੀ ਨਾ ਬੀਜ ਤੇ ਚੋਗੀਆਂ ਨਹੀਂ ਲੱਭਣੀਆਂ। ਹਾਂ ਚੋਣ ਨਾਲ ਬਹੁਤ 30 ਰੁਪਏ ਕਿਲੋ ਆ ਚੋਗੀ, ਤਾਂ ਕਿ ਉਸ ਤੋਂ ਵੀ ਮਹਿੰਗੀ ਹੋਵੇ। ਇੰਨਾ ਕੀ ਹੁਣ ਰੇਟ ਤਾਂ ਹਰ ਚੀਜ਼ ਦਾ ਟੁੱਟੀ ਜਾਂਦਾ। ਹਾਂ ਮਜ਼ਦੂਰ ਉਹੀ ਖੜਾ ਤੇ ਆਹ ਪਤਾ ਨਹੀਂ ਕਿਹੜੀ ਚੀਜ਼ ਟਿੰਗੀ ਜਾਂਦੀ ਹੈ। ਆਰਾ ਆਰਾ ਅੱਛਾ ਇੱਥੇ ਕਿਹਨੇ ਲਾਇਆ ਹੋਇਆ? ਇਹ ਲੱਕੜਾਂ ਪੱਟਣ ਦਾ ਇਹ ਅੱਛਾ ਅੱਛਾ ਬਣਾਈ। ਅੱਛਾ ਅੱਛਾ ਸਹੀ ਦੇਖਾਂ ਤਾਂ ਵੀਰ ਮੇਰੇ ਕੋਲ ਕਦੋਂ ਦਾ ਮੰਗਦਾ ਆਂਟੀ ਮੈਂ ਵੱਢਣੇ ਨੇ। ਉਹਦੇ ਜੀ ਇੱਥੇ ਭਾਈ ਜੀ ਵੇ ਲੱਗਿਆ ਹੋਇਆ ਵੱਢਣ ਅਤੇ ਇਹ ਨਾਲ ਅੱਬੂ ਅਤੇ ਬਾਸ ਲੱਗੇ ਨੇ ਵੱਢਣ। ਆਰਾ ਤਾਂ ਬੜਾ ਸ਼ੋਰ ਕਰਦਾ ਪਿਆ। ਅੱਬੂ ਅਤੇ ਬਾਸ ਲੱਗਦੇ ਪਏ ਨੇ। ਤੁਹਾਡੇ ਪੱਠੇ ਥੋੜੇ ਨੀ ਮਾਲ ਦੇ ਹਿਸਾਬ ਨਾਲ? ਅੱਛਾ 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 ਜੀ ਸੁਬਹ ਸੁਬਹ ਟਾਈਮ ਇੱਥੇ ਚੱਕਾ ਪਿੰਡਾਂ 'ਚ ਇਸ ਤਰ੍ਹਾਂ ਸਾਰਾ ਦਿਨ ਪੱਠੇ ਪੁੱਠੇ ਵੱਢੀਦੇ ਨੇ, ਵੱਢ ਕੇ ਜਾਨਵਰਾਂ ਦੇ ਫਿਰ ਪਾਣੀ ਪਿਲਾ ਕੇ ਅਤੇ ਫਿਰ ਉਸ ਤੋਂ ਬਾਅਦ ਮਾਂ ਨੂੰ ਛਾਵੇਂ ਕਰ ਦੇਣਾ। ਜਾਨਵਰ ਰੱਖੋ ਤਾਂ ਬੜੀ ਡਿਊਟੀ ਦੇਣੀ ਪੈਂਦੀ ਹੈ, ਦੁੱਧ ਪੀਣਾ ਕੋਈ ਸੌਖਾ ਨਹੀਂ ਹੈਗਾ, ਕੁਛ ਵੀ ਨਹੀਂ ਖਾਂਦੇ, ਨਾ ਅੱਧਾ ਨਾ ਮਾਰ ਨਾ ਜ਼ਿਆਣਾ। ਸਾਰੇ ਦੇਖਣ ਵਾਲੇ ਭੈਣ ਭਾਈ ਕਹਿੰਦੇ ਬੱਚੇ ਬੜੇ ਕਮਜ਼ੋਰ ਆ। ਹਾਂਜੀ ਮਾਜੀ ਤੂੰ ਥੱਕ ਗਿਆ? ਹਾਂ ਉਹ ਸਿਆਣੇ ਸਿਆਣੇ ਆ ਨਾ ਤੇ ਖਾ ਲੈਂਦੇ ਨੇ। ਇਹ ਕਹਿੰਦੇ ਸਾਨੂੰ ਪਰਾਂਠਾ ਵੀ ਉਹਦਾ ਚੰਗਾ ਲੱਗਦਾ, ਜੇ ਹੁਣ ਕੋਈ ਦੇਸੀ ਦਾ ਬਣਾ ਕੇ ਦੋ ਤਾਂ ਪਸੰਦ ਨਹੀਂ ਆਉਂਦਾ। ਬੱਚਾ ਛੋਟਾ ਹੁੰਦਾ ਲੱਗ ਜਾਵੇ ਨਾ ਜਿੱਦਾਂ ਹੁਣ ਸਾਡੀ ਹੀਰਾ ਹੈ ਤੇ ਬੱਚੇ ਨੂੰ ਉਹੀ ਚੰਗਾ ਲੱਗਦਾ। ਨਹੀਂ ਤੁਹਾਡੇ ਬੱਚੇ ਫਿਰ ਵੀ ਮੱਖਣ 'ਚ ਲੱਸੀ 'ਚ ਇਹਨਾਂ ਨੂੰ ਫਿਰ ਵੀ ਹੈ ਆਦਤ? ਹਾਂ ਤੇ ਸਾਡਿਆਂ ਨੂੰ ਨਹੀਂ ਆਦਤ ਹੈ।